ਤੇਰੇ ਉੱਤੇ ਕਿੰਨਾ ਮਰਦਾ, ਤੇਰੀ ਹੀ ਗੱਲਾਂ ਕਰਦਾ, ਤੈਨੂੰ ਤਰਸ ਕਿਉਂ ਆਵੇ ਨਾ, ਲੱਖ ਕੋਸ਼ਿਸ਼ਾਂ ਕਰਦਾ, ਨਾਮ ਤੇਰਾ ਕਿਉਂ ਨਹੀਂ ਮਿਟਦਾ, ਕੋਈ ਇਲਾਜ ਬਤਾਵੇ ਨਾ, ਇਹ ਦਿਲ ਨੂੰ ਪਤਾ ਹੈ ਤੂੰ ਲਾ ਲਈ ਹੈ ਯਾਰੀਆਂ ਵੇ, ਕਿਸੇ ਔਰ ਨਾਲ, ਕਿਸੇ ਔਰ ਨਾਲ। ਜੋ ਗਾਣਾ ਮੈਨੇ ਗਾਇਆ ਹੈ ਉਸਕਾ ਨਾਮ ਹੈ ਕਿਸੇ ਔਰ ਨਾਲ, ਔਰ ਗਾਣਾ ਇਜ਼ ਅਬਾਊਟ ਸੈਕਰੀਫਾਈਸਿੰਗ ਇਨ ਲਵ। ਐਕਚੁਲੀ ਜਬ ਦੋ ਫਰੈਂਡਸ ਹੋਤੇ ਹੈ ਔਰ ਉਸਮੇ ਸੇ ਏਕ ਕੋ ਪਿਆਰ ਹੋ ਜਾਤਾ ਹੈ ਔਰ ਦੂਸਰੇ ਕੋ ਪਿਆਰ ਨਹੀਂ ਹੋਤਾ, ਐਂਡ ਦੇ ਆਰ ਬੈਸਟ ਫਰੈਂਡਸ, ਔਰ ਆਪਕੋ ਜਬ ਆਪਣੇ ਪਿਆਰ ਕੋ ਸੈਕਰੀਫਾਈਸ ਕਰਨਾ ਪੜਤਾ ਹੈ, ਸੋ ਵੈਨ ਐਕਚੁਲੀ ਵੈਨ ਫਰੈਂਡਸ਼ਿਪ ਟਰਨਸ ਇਨ ਟੂ ਵਨ ਸਾਈਡਿਡ ਲਵ। ਇਹ ਗਾਣਾ ਐਕਚੁਲੀ ਗੋਲਡੀ ਸੁਹੇਲ ਔਰ ਕੁਨਾਲ ਵਰਮਾ ਨੇ ਲਿਖਾ ਹੈ, ਔਰ ਆਈ ਥਿੰਕ ਬਹੁਤ ਹੀ ਜ਼ਿਆਦਾ ਬਿਹਤਰੀਨ ਤਰੀਕੇ ਸੇ ਉਹਨਾਂ ਨੇ ਇਸ ਇਮੋਸ਼ਨ ਕੋ ਮਤਲਬ ਲਿਖਾ ਹੈ, ਕਿਉਂਕਿ ਵਨ ਸਾਈਡਿਡ ਲਵ ਜੋ ਇੱਕ ਅਲੱਗ ਸਾ ਦਰਦ ਹੈ ਔਰ ਉਸਕੋ ਮਤਲਬ ਬਿਆਨ ਕਰਨਾ ਬਹੁਤ ਮੁਸ਼ਕਿਲ ਹੋਤਾ ਹੈ। ਮੈਂ ਵੀ ਐਕਚੁਲੀ ਗਾਤੇ ਵਕਤ ਇਹ ਗਾਣਾ ਜਬ ਮੈਂ ਡਬ ਕਰੀ ਤੇ ਵਾਸ ਕ੍ਰਾਇੰਗ, ਤੋ ਆਈ ਥਿੰਕ ਉਹਨਾਂ ਨੇ ਬਹੁਤ ਹੀ ਅੱਛਾ ਗਾਣਾ ਲਿਖਾ ਹੈ। ਇਹ ਗਾਣਾ ਹਮਨੇ ਸ਼ੂਟ ਕੀਆ ਹੈ ਚੈਲ ਮੇ, ਔਰ ਬਹੁਤ ਹੀ ਅੱਛਾ ਵੈਦਰ ਥਾ ਉਧਰ। ਸੰਦੀਪ ਸ਼ਰਮਾ ਜੀ ਨੇ ਡਾਇਰੈਕਟ ਕੀਆ ਹੈ ਇਹ ਵੀਡੀਓ, ਐਂਡ ਆਵੇਜ਼ ਔਰ ਨਗਮਾ ਦੋਨੋਂ ਨੇ ਫੀਚਰ ਕੀਆ ਹੈ ਮੇਰੇ ਸਾਥ, ਐਂਡ ਆਮ ਰੀਲੀ ਹੈਪੀ ਔਨ ਦਿਸ ਐਸੋਸੀਏਸ਼ਨ। ਔਰ ਸਪੈਸ਼ਲੀ ਵਾਇਰਲ ਓਰਿਜਨਲਸ ਨੇ, ਪੂਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀ ਹੈ ਔਨ ਆਡੀਓ ਵੀਡੀਓ ਔਰ ਲਾਈਕ ਔਨ ਐਵਰੀਥਿੰਗ। ਆਈ ਥਿੰਕ ਦਿਸ ਇਜ਼ ਦ ਬੈਸਟ ਟੀਮ ਆਈ ਕੈਨ ਗੈਟ ਟੂ ਵਰਕ ਵਿਦ। ਐਕਚੁਅਲੀ ਆਵੇਜ਼ ਔਰ ਨਗਮਾ ਦੋਨੋਂ ਹੀ ਮਤਲਬ ਬਹੁਤ ਹੀ ਮਤਲਬ ਮਿਲਨਸਾਰ ਔਰ ਲਾਈਕ ਬਹੁਤ ਫਨ ਪੀਪਲ ਹੈ, ਔਰ ਉਨਕੇ ਸਾਥ ਮਤਲਬ ਹਮ ਪਹਿਲੀ ਮੀਟਿੰਗ ਮੇਂ ਹਮ ਲੋਕ ਇਤਨੇ ਅੱਛੇ ਫਰੈਂਡਸ ਬਨ ਗਏ ਥੇ ਕਿ ਹਮ ਲੱਗ ਹੀ ਨਹੀਂ ਰਹਾ ਥਾ ਕਿ ਮਤਲਬ ਪਹਿਲੀ ਵਾਰ ਮਿਲ ਰਹੇ ਹੈ। ਔਰ ਇਸੀ ਤਰ੍ਹਾਂ ਸ਼ੂਟ ਮਤਲਬ ਮਸਤੀ ਮਸਤੀ ਮੇਂ ਹਮਨੇ ਸਾਰਾ ਸ਼ੂਟ ਐਕਚੁਅਲੀ ਮਸਤੀ ਮਸਤੀ ਮੇਂ ਕੀਆ, ਔਰ ਮੈਂ ਬਹੁਤ ਛੇੜਤੀ ਥੀ ਆਵੇਜ਼ ਕੋ ਕਿ ਤੁਮ ਮੁਝੇ ਛੋੜ ਕਰ ਜਾ ਰਹੇ ਹੋ ਨਗਮਾ ਕੇ ਲੀਏ, ਸੋ ਇਟਸ ਲਾਈਕ ਦੈਟ। ਬਹੁਤ ਜ਼ਿਆਦਾ ਮਜ਼ਾ ਆਇਆ ਜੈਸੇ ਮੈਨੇ ਕਿਹਾ, ਬਿਕੋਜ਼ ਮਤਲਬ ਇਤਨਾ ਲੋਕ ਇਤਨਾ ਪਿਆਰ ਕਰਤੇ ਹੈ ਔਰ ਇਤਨੇ ਡਾਊਨ ਟੂ ਅਰਥ ਹੈ ਦੋਨੋਂ ਹੀ, ਔਰ ਬਹੁਤ ਅਮੇਜ਼ਿੰਗ ਕੈਮਿਸਟਰੀ ਹੈ ਮਤਲਬ ਹਮ ਤੀਨੋਂ ਨੇ ਜਬ ਇਤਨਾ ਮਜ਼ਾ ਕੀਆ ਸ਼ੂਟ ਮੇਂ, ਔਰ ਲਾਈਕ ਬਹੁਤ ਜ਼ਿਆਦਾ ਮਜ਼ਾ ਆਇਆ, ਫਨ ਸ਼ੂਟ। ਐਕਚੁਲੀ ਮੇਰਾ ਪਹਿਲਾ ਮਿਊਜ਼ਿਕ ਵੀਡੀਓ ਹੈ ਜਿਸਮੇਂ ਮੈਂ ਫੀਚਰ ਕਰ ਰਹੀ ਹਾਂ ਐਜ਼ ਲਾਈਕ ਐਕਟਿੰਗ ਕੀ ਹੈ ਮੈਨੇ ਜਿਸਮੇਂ, ਤੋ ਇਹ ਸਭ ਸੇ ਜ਼ਿਆਦਾ ਬੜਾ ਚੈਲੇਂਜਿੰਗ ਜੋਬ ਥਾ। ਔਰ ਮੈਨੇ ਪੂਜਾ ਗੁਜਰਾਲ ਹੈ ਜੋ ਵਾਇਰਲ ਓਰਿਜਨਲਸ ਹੈ, ਉਨਕੋ ਮੈਨੇ ਕਿਹਾ ਪਲੀਜ਼ ਪਲੀਜ਼ ਮੁਝੇ ਵਰਕਸ਼ਾਪ ਦੇ ਦਿਓ ਆਪ, ਔਰ ਕਿਆ ਕਰਨਾ ਹੈ, ਕੈਸੇ ਐਕਟਿੰਗ ਕਰਨੀ, ਬਿਕੋਜ਼ ਆਈ ਵਾਜ਼ ਵੈਰੀ ਸਕੇਅਰਡ ਬਿਕੋਜ਼ ਇਟਸ ਲਾਈਕ ਫਸਟ ਟਾਈਮ ਆਮ ਡੂਇੰਗ ਦਿਸ, ਔਰ ਬਟ ਸ਼ੀ ਰੀਲੀ ਮੈਨੇਜਡ ਅ ਲੋਟ ਲਾਈਕ ਗੁੱਡ ਸ਼ੋਟਸ ਫਰੋਮ ਮੀ, ਸੋ ਬਹੁਤ ਹੀ ਜ਼ਿਆਦਾ ਬਿਹਤਰੀਨ ਔਰ ਚੈਲੇਂਜਿੰਗ ਕੰਮ ਥਾ। ਐਕਚੁਲੀ ਮੈਂ ਔਰ ਗੋਲਡੀ ਬਹੁਤ ਅੱਛੇ ਫਰੈਂਡਸ ਹੈ, ਔਰ ਹਮ ਇੱਕ ਦਿਨ ਐਸੇ ਸਾਥ ਮੇਂ ਬੈਠੇ ਥੇ ਔਰ ਜੈਮ ਕਰ ਰਹੇ ਥੇ, ਕਿਸੇ ਔਰ ਗਾਣੇ ਕੇ ਲਈ ਮੈਂ ਗਈ ਥੀ ਔਰ ਕਿਸੇ ਔਰ ਨਾਲ ਬਣ ਗਿਆ ਐਕਚੁਲੀ, ਔਰ ਐਸੇ ਹੀ ਮਸਤੀ ਮਸਤੀ ਮੇਂ ਹਮ ਬੈਠੇ ਹੋਏ ਥੇ, ਔਰ ਉਹਨਾਂ ਨੇ ਗਿਟਾਰ ਪਰ ਕੁਛ ਬਜਾਇਆ, ਔਰ ਉਹਨਾਂ ਨੇ ਇੱਕ ਲਿਰਿਕਸ ਲਿਖੇ ਜੋ ਹੁੱਕ ਹੈ ਕਿ ਦਿਲ ਨੂੰ ਪਤਾ ਹੈ ਤੂੰ ਲਾ ਲੀਆਂ ਯਾਰੀਆਂ ਕਿਸੇ ਔਰ ਨਾਲ, ਔਰ ਮੁਝੇ ਮਤਲਬ ਇੱਕਦਮ ਸੇ ਲਗਾ, ਮੈਨੂੰ ਕਿਹਾ ਯਾਰ ਕਿਤਨਾ ਬਹੁਤ ਅੱਛਾ ਗਾਣਾ ਬਣੇਗਾ ਇਹ, ਤੋ ਫਿਰ ਹਮ ਬੈਠੇ ਔਰ ਉਹਨਾਂ ਨੇ ਗਾਣਾ ਬਣਾਇਆ ਕੰਪੋਜ਼ ਕੀਆ, ਔਰ ਫਿਰ ਕੁਨਾਲ ਵਰਮਾ ਨੇ ਇਸ ਪਰ ਲਿਰਿਕਸ ਲਿਖੇ, ਬਹੁਤ ਹੀ ਅਮੇਜ਼ਿੰਗ ਬਿਹਤਰੀਨ ਕੰਮ ਕੀਆ, ਸੋ ਇਸ ਤਰ੍ਹਾਂ ਇਹ ਗਾਣਾ ਬਣਾ। ਔਰ ਮੈਂ ਤਾਂ ਸਟਾਰਟਿੰਗ ਪ੍ਰੋਸੈਸ 'ਤੇ ਹੀ ਇਨਵੋਲਵ ਸੀ ਗਾਣੇ ਮੇਂ, ਔਰ ਮੁਝੇ ਬਹੁਤ ਹੀ ਜ਼ਿਆਦਾ ਦਿਲ ਕੇ ਕਰੀਬ ਹੈ ਇਹ, ਔਰ ਆਈ ਥਿੰਕ ਇਟਸ ਦ ਵਨ ਆਫ ਦ ਰੀਲੀ ਫੇਵਰੇਟ ਸੌਂਗਸ ਆਫ ਮਾਈਨ, ਮੈਨੇ ਜਿਤਨੇ ਵੀ ਅਬ ਤੱਕ ਗਾਏ ਹੈ। ਤੇਰੇ ਉੱਤੇ ਕਿੰਨਾ ਮਰਦਾ, ਤੇਰੀ ਹੀ ਗੱਲਾਂ ਕਰਦਾ, ਤੈਨੂੰ ਤਰਸ ਕਿਉਂ ਆਵੇ ਨਾ, ਲੱਖ ਕੋਸ਼ਿਸ਼ਾਂ ਕਰਦਾ, ਨਾਮ ਤੇਰਾ ਕਿਉਂ ਨਹੀਂ ਮਿਟਦਾ, ਕੋਈ ਇਲਾਜ ਬਤਾਵੇ ਨਾ, ਇਹ ਦਿਲ ਨੂੰ ਪਤਾ ਹੈ ਤੂੰ ਲਾ ਲਈ ਹੈ ਯਾਰੀਆਂ ਵੇ, ਕਿਸੇ ਔਰ ਨਾਲ, ਕਿਸੇ ਔਰ ਨਾਲ। ਐਕਚੁਲੀ ਬਹੁਤ ਸਾਰੇ ਗਾਣੇ ਆ ਰਹੇ ਹੈ ਅਭੀ, ਜੋ ਫਿਲਮ ਸੌਂਗਸ ਹੈ ਡੈਫੀਨੇਟਲੀ ਆਈ ਕਾਂਟ ਟੈਲ, ਔਰ ਜੋ ਸਿੰਗਲਸ ਹੈ ਮੈਂ ਅਭੀ ਚਾਹਤੀ ਹੂੰ ਪਹਿਲੇ ਆਪ ਇਸ ਸਿੰਗਲ ਕੋ ਸੁਣੀਏ, ਇਸੇ ਪਿਆਰ ਦੀਜੀਏ, ਔਰ ਬਾਕੀ ਕੇ ਜੋ ਵੀ ਪਲਾਨਸ ਹੈ ਮੈਂ ਜਲਦੀ ਹੀ ਲੈ ਕੇ ਆਪ ਸਭ ਕੇ ਸਾਹਮਣੇ ਆਊਂਗੀ। ਆਈ ਰੀਲੀ ਲਾਈਕ ਵਰਕਿੰਗ ਵਿਦ ਅਮਿਤ ਤ੍ਰਿਵੇਦੀ, ਐਂਡ ਉਨਕੇ ਸਾਥ ਮੈਨੇ ਜਾਣੇ ਸਾਰ ਗਾਇਆ ਹੈ, ਔਰ ਆਈ ਥਿੰਕ ਉਹ ਗਾਣਾ ਬਹੁਤ ਜ਼ਿਆਦਾ ਲੋਕੋ ਕੋ ਪਸੰਦ ਵੀ ਆਇਆ, ਔਰ ਉਨਕੇ ਸਾਥ ਮੈਂ ਕੰਮ ਦੁਬਾਰਾ ਕਰਨਾ ਚਾਹੂੰਗੀ ਡੈਫੀਨੇਟਲੀ। ਤਾਨਿਸ਼ ਬਾਗਚੀ ਲਾਈਕ ਇਜ਼ ਅ ਡੀਅਰ ਫਰੈਂਡ, ਐਂਡ ਬਹੁਤ ਹਮ ਬਹੁਤ ਸਾਰੇ ਗਾਣੇ ਲੈ ਕੇ ਆਏ ਉਨਕੇ ਸਾਥ, ਔਰ ਏ ਆਰ ਰਹਿਮਾਨ ਸਾਹਿਬ ਰਹਿਤੇ ਹੈ ਅਭੀ ਜਿਨਕੇ ਸਾਥ ਮੈਨੇ ਕੰਮ ਅਬ ਤੱਕ ਨਹੀਂ ਕੀਆ,
डेफिनेटली ही इज़ ऑन द लिस्ट. एक्चुअली आई एम नॉट अ लाइक बिग फैन ऑफ रिक्रिएशन, मुझे ओरिजिनल म्यूजिक ज़्यादा अच्छा लगता है, तो आई थिंक आई वुड प्रेफर ओरिजिनल सॉन्ग्स. सबसे पहले तो मैं कहूँगी थैंक यू सो मच मेरे सभी गानों को इतना प्यार देने के लिए, और मैं यही आशा करती हूँ कि आप इसी तरह मेरे सब गाने सुनते रहेंगे आगे, उन्हें पसंद करते रहेंगे और इसी तरह मुझे प्यार देते रहेंगे. थैंक यू सो मच. तो किसी और नाल इज़ रिलीजिंग ऑन 26th of September, विच इज़ माई बर्थडे, और ये एक्चुअली गिफ्ट दिया है मुझे यूनिवर्सल म्यूजिक ने एज अ बर्थडे प्रेजेंट, सो थैंक यू सो मच फॉर दिस. किसी और नाल इज़ रिलीजिंग ऑन 26th of September, विच इज़ माई बर्थडे, और आई थिंक ये आई थिंक डेफिनेटली ये गिफ्ट है वायरल ओरिजिनल्स की तरफ से मेरे बर्थडे के लिए, सो थैंक यू सो मच.